ਪਿਆਸ ਜਿਹੜੀ ਹੈ, ਥਰਸਟ ਜਿਹੜੀ ਹੈ, ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਜਿਸਮ ਦੀ ਪਿਆਸ ਹੁੰਦੀ ਹੈ, ਜਿਸਮਾਨੀ ਪਿਆਸ ਕਹਿ ਸਕਦੇ ਹਾਂ, ਥਰਸਟ ਹੁੰਦੀ ਹੈ, ਔਰ ਇੱਕ ਰੂਹਾਨੀ ਪਿਆਸ ਹੁੰਦੀ ਹੈ, ਥਰਸਟ ਹੁੰਦੀ ਹੈ। ਜਿਸਮ ਦੀ ਥਰਸਟ ਜਿਹੜੀ ਹੈ ਉਹ ਮੁਖਤਲਿਫ ਕਿਸਮ ਦੀ ਹੋ ਸਕਦੀ ਹੈ, ਲੇਕਿਨ ਅਸੀਂ ਜਿਹੜੀ ਜਿਸਮ ਦੀ ਥਰਸਟ ਜਿਹੜੀ ਹੁੰਦੀ ਹੈ, ਪਿਆਸ ਹੁੰਦੀ ਹੈ ਪਾਣੀ ਦੇ ਲਈ, ਉਹਦੇ 'ਤੇ ਗੌਰ ਕਰਾਂਗੇ ਕਿ ਜਦੋਂ ਸਾਨੂੰ ਜਿਸਮ ਨੂੰ ਪਿਆਸ ਹੁੰਦੀ, ਪਿਆਸ ਲੱਗਦੀ ਹੈ ਪਾਣੀ ਦੀ, ਤਾਂ ਅਸੀਂ ਪਾਣੀ ਪੀਂਦੇ ਹਾਂ ਅਤੇ ਸਾਡੇ ਜਿਸਮ ਨੂੰ ਕੀ ਹੈ, ਸਕੂਨ ਮਿਲਦਾ, ਚੈਨ ਮਿਲਦਾ ਹੈ। ਇਸ ਤਰ੍ਹਾਂ ਇੱਕ ਹੋਰ ਜਿਹੜਾ ਰੂਹਾਨੀ ਥਰਸਟ ਹੈ, ਉਹ 'ਤੇ ਵੀ ਗੌਰ ਕਰਾਂਗੇ। ਰੂਹਾਨੀ ਪਿਆਸ ਜਿਹੜੀ ਹੈ, ਰੂਹ ਦੀ ਪਿਆਸ ਜਿਹੜੀ ਹੈ, ਆਤਮਾ ਦੀ ਜਿਹੜੀ ਪਿਆਸ ਹੈ, ਉਹ 'ਤੇ ਅਸੀਂ ਗੌਰ ਕਰਾਂਗੇ। ਆਤਮਾ ਦੀ ਪਿਆਸ ਵੀ ਦੋ ਤਰ੍ਹਾਂ ਦੀ ਹੈ। ਇੱਕ ਪਿਆਸ ਜਿਹੜੀ ਹੈ, ਇੱਕ ਪਿਆਸੇ ਉਹ ਲੋਕ ਨੇ ਜਿਹੜੇ ਸੱਚ ਨੂੰ ਜਾਣਨਾ ਚਾਹੁੰਦੇ ਨੇ, ਜਿਹੜੇ ਜਾਣਨਾ ਚਾਹੁੰਦੇ ਨੇ ਕਿ ਟਰੂਥ ਕੀ ਹੈ। ਅਤੇ ਅਸੀਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਸਾਧੂ ਸੁੰਦਰ ਸਿੰਘ ਸਨ, ਉਹ ਸੱਚ ਨੂੰ ਕੀ ਸੀ, ਜਾਣਨਾ ਚਾਹੁੰਦੇ ਸਨ। ਔਰ ਬਚਪਨ ਤੋਂ ਹੀ ਸਾਧੂ ਸੁੰਦਰ ਸਿੰਘ ਜੇ ਸਨ, ਉਹ ਬੜੇ ਪਰੇਸ਼ਾਨ ਰਹਿੰਦੇ ਸਨ ਅਤੇ ਇਹ ਵੇਖਦੇ ਸਨ ਕਿ ਕਿਹੜਾ ਪਰਮੇਸ਼ੁਰ ਹੈ ਜਿਹੜਾ ਸੱਚਾ ਹੈ। ਔਰ ਉਹ ਇਸ ਚੀਜ਼ ਨੂੰ, ਉਹ ਮੁਕਤ ਜਗ੍ਹਾ 'ਤੇ ਵੀ ਗਏ ਔਰ ਉਹਨਾਂ ਮੁਕਤ ਧਰਮਾਂ ਦੀ ਤਲੀਮ ਵੀ ਪਾਈ, ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਖੁਦਾ ਸੱਚਾ ਹੈ, ਕਿਹੜਾ ਪਰਮੇਸ਼ੁਰ ਸੱਚਾ ਹੈ। ਅਤੇ ਆਖਿਰਕਾਰ ਉਹਨਾਂ ਇਹ ਸੱਚ ਨੂੰ ਸਾਧੂ ਸੁੰਦਰ ਸਿੰਘ ਹੋਰਾਂ ਨੇ ਲੱਭ ਲਿਆ। ਔਰ ਉਹਨਾਂ ਇਸ ਲਈ ਲੱਭਿਆ ਕਿ ਉਹਨਾਂ ਨੂੰ ਸੱਚ ਦੀ ਤਲਾਸ਼ ਸੀ, ਪਿਆਸ ਸੀ ਕਿ ਸੱਚ ਕੀ ਹੈ। ਇਸ ਤਰ੍ਹਾਂ ਹੀ ਇੱਕ ਹੋਰ ਥਰਸਟ ਹੈ, ਜਿਵੇਂ ਸੱਚ ਜਾਣਨ ਦੀ ਥਰਸਟ ਹੈ, ਗੁਨਾਹਾਂ ਦੀ ਮਾਫ਼ੀ ਦੀ ਥਰਸਟ ਹੈ, ਗੁਨਾਹਾਂ ਦੀ ਮਾਫ਼ ਹੋਣ ਦਾ, ਕਿ ਕਿਵੇਂ ਸਾਡੇ ਗੁਨਾਹ ਮਾਫ਼ ਹੋ ਸਕਦੇ ਨੇ। ਕਈ ਲੋਕਾਂ ਨੂੰ ਇਸ ਚੀਜ਼ ਦੀ ਪਿਆਸ ਹੁੰਦੀ ਹੈ ਔਰ ਇਸ ਪਿਆਸ 'ਚ ਥਰਸਟ 'ਚ ਲੋਕ ਦੇ ਬਾਹਰ ਲੋਕ ਜਿਹੜੇ ਅੱਗ 'ਤੇ ਚੱਲਦੇ ਨੇ, ਬਾਹਰ ਲੋਕ ਜਿਹੜੇ ਨੇ ਇੱਕ ਪੈਰ 'ਤੇ ਖੜ੍ਹੇ ਹੁੰਦੇ ਨੇ ਪਾਣੀ 'ਚ ਜਾ ਕੇ, ਬਾਹਰ ਲੋਕ ਜਿਹੜੇ ਨੇ ਜੰਗਲਾਂ 'ਚ ਚਲੇ ਜਾਂਦੇ ਨੇ ਕਿ ਸ਼ਾਇਦ ਅਸੀਂ ਜੰਗਲਾਂ 'ਚ ਚਲਾ ਜਾਵਾਂਗੇ ਅਤੇ ਉੱਥੇ ਸਾਡੀ ਗੁਨਾਹ ਜਿਹੜਾ ਇਹਨਾਂ ਤੋਂ ਸਾਨੂੰ ਸ਼ਾਂਤੀ ਮਿਲ ਜਾਏਗੀ, ਛੁਟਕਾਰਾ ਮਿਲ ਜਾਏਗਾ। ਔਰ ਬਾਹਰ ਲੋਕ ਨੇ ਜਿਹੜੇ ਇਸ ਚੀਜ਼ ਲਈ ਪਿਆਸੇ ਨੇ ਕਿ ਅਗਲੀ ਜ਼ਿੰਦਗੀ 'ਚ ਸਾਡੀ ਕੀ ਹੋਣਾ ਵੇ, ਇਹ ਜ਼ਿੰਦਗੀ ਤੋਂ ਬਾਅਦ ਜਦੋਂ ਅਸੀਂ ਮਰ ਜਾਣਾ, ਉਸ ਤੋਂ ਬਾਅਦ ਸਾਡੀ ਦਾ ਕੀ ਹਾਲ ਹੋਣਾ, ਕੀ ਹੋਣਾ, ਕੀ ਸਾਨੂੰ ਅੱਗੇ ਜਾ ਕੇ ਸਾਡੇ ਨਾਲ ਹਾਲ ਹੋਣਾ, ਅਸੀਂ ਕਿੱਥੇ ਜਾਣਾ ਵੇ, ਔਰ ਕਿੰਝ ਅਸੀਂ ਅਗਲੀ ਜ਼ਿੰਦਗੀ 'ਚ ਮਰਨ ਤੋਂ ਬਾਅਦ ਰਹਿਣਾ ਵੇ। ਬਾਹਰ ਲੋਕ ਜਿਹੜੇ ਨੇ ਇਸ ਚੀਜ਼ ਨੂੰ ਸੋਚ ਕੇ ਪਰੇਸ਼ਾਨ ਹੁੰਦੇ ਨੇ ਅਤੇ ਉਹਨਾਂ ਦੀ ਪਿਆਸ ਹੁੰਦੀ ਹੈ ਕਿ ਅਸੀਂ ਜਾਣੀਏ ਕਿ ਸਾਡੇ ਨਾਲ ਅਗਲੀ ਜ਼ਿੰਦਗੀ 'ਚ ਕੀ ਹੋਣਾ ਹੈ। ਅਤੇ ਚਾਹੇ ਰਾਸਬਾਜ਼ੀ ਦੀ ਪਿਆਸ ਹੋਵੇ, ਗੁਨਾਹਾਂ ਦੀ ਮਾਫ਼ੀ ਦੀ ਪਿਆਸ ਹੋਵੇ, ਸੱਚ ਜਾਣਨ ਨੂੰ ਪਿਆਸ ਹੋਵੇ, ਜਾਂ ਅਗਲੀ ਜ਼ਿੰਦਗੀ ਦੀ ਪਿਆਸ ਹੋਵੇ, ਇਹ ਸਭ ਜਿਹੜੀ ਪਿਆਸ ਹੈ ਖੁਦਾਵੰਦ ਯਿਸੂ ਮਸੀਹ ਬੁਝਾਉਂਦੇ ਨੇ। ਜਦੋਂ ਅਸੀਂ ਖੁਦਾਵੰਦ ਯਿਸੂ ਮਸੀਹ ਕੋਲ ਆ ਜਾਂਦੇ ਹਾਂ ਤਾਂ ਸਾਡੇ ਗੁਨਾਹ ਜਿਹੜੇ ਨੇ ਉਹ ਬਖਸ਼ੇ ਜਾਂਦੇ ਨੇ, ਗੁਨਾਹ ਤੋਂ ਮਾਫ਼ੀ ਮਿਲ ਜਾਂਦੀ ਹੈ, ਹਮੇਸ਼ਾ ਦੀ ਜ਼ਿੰਦਗੀ ਮਿਲ ਜਾਂਦੀ ਹੈ, ਔਰ ਸਾਨੂੰ ਸੱਚ ਜਿਹੜਾ ਖੁਦਾਵੰਦ ਯਿਸੂ ਮਸੀਹ ਨੇ ਜਿਹੜਾ ਸੱਚ ਹੈ, ਟਰੂਥ ਹੈ, ਉਹਨਾਂ ਦਾ ਪਤਾ ਚੱਲ ਜਾਂਦਾ ਹੈ। ਅਤੇ ਖੁਦਾਵੰਦ ਯਿਸੂ ਮਸੀਹ ਮੈਥੀ 5:5:6 'ਚ ਆਉਂਦੇ ਨੇ ਕਿ ਮੁਬਾਰਕ ਉਹ ਨੇ ਜਿਹੜੇ ਰਾਸਬਾਜ਼ੀ ਦੇ ਭੁੱਖੇ ਅਤੇ ਪਿਆਸੇ ਦੀ। ਧੰਨ ਉਹ ਜਿਹੜੇ ਧਰਮ ਦੇ ਭੁੱਖੇ ਅਤੇ ਤਿਹਾਏ ਹਨ, ਕਿਉਂ ਜੋ ਉਹ ਰਜਾਏ ਜਾਣਗੇ। ਹਾਂਜੀ, ਉਹ ਕੀ ਨੇ, ਫਿਲਡ ਹੋਣਗੇ, ਅਸੂਦਾ ਹੋਣਗੇ, ਉਹਨਾਂ ਨੂੰ ਕੀ ਹੈ, ਸੇਰ ਹੋਣਗੇ, ਉਹਨਾਂ ਦੀ ਪਿਆਸ ਜਿਹੜੀ ਬੁਝਾਈ ਜਾਏਗੀ। ਸੋ ਦੁਨੀਆਂ ਦੇ ਵਿੱਚ ਜਿਹੜੇ ਲੋਕ ਸੱਚ ਜਾਣਨ ਲਈ ਪਿਆਸੇ ਨੇ, ਗੁਨਾਹਾਂ ਤੋਂ ਮੁਕਤ ਹੋਣ ਲਈ ਪਿਆਸੇ ਨੇ, ਜਾਂ ਅਗਲੀ ਜ਼ਿੰਦਗੀ ਦੇ ਬਾਰੇ, ਹਮੇਸ਼ਾ ਦੀ ਜ਼ਿੰਦਗੀ ਜਿਹੜੀ ਅਗਲੀ ਜ਼ਿੰਦਗੀ ਉਹਦੇ ਬਾਰੇ ਪਿਆਸੇ ਨੇ, ਖੁਦਾਵੰਦ ਯਿਸੂ ਮਸੀਹ ਆਉਂਦੇ ਨੇ ਕਿ ਜੇ ਰਾਸਬਾਜ਼ੀ ਦੇ ਭੁੱਖੇ ਅਤੇ ਪਿਆਸੇ ਨੇ, ਉਹ ਕੀ ਨੇ, ਅਸੂਦਾ ਹੋਣਗੇ, ਉਹਨਾਂ ਦੀ ਪਿਆਸ ਜਿਹੜੀ ਹੈ ਬੁਝਾਈ ਜਾਏਗੀ। ਅਤੇ ਖੁਦਾਵੰਦ ਯਿਸੂ ਮਸੀਹ ਇਸ ਲਈ ਕੀ ਹੈ, ਦੁਨੀਆਂ ਨੂੰ ਕੀ ਹੈ, ਉਹਨਾਂ ਇਨਵੀਟੇਸ਼ਨ ਵੀ ਦਿੱਤਾ, ਉਹਨਾਂ ਨੂੰ ਬੁਲਾਇਆ, ਕਿਹਾ ਕਿ ਥੱਕੇ ਮਨ ਦੇ ਬੋਝ ਦੇ ਦੱਬੇ ਹੋ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਕੀ ਹੈ, ਆਰਾਮ ਦਿਆਂਗਾ। ਅਤੇ ਅਸੀਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਯੂਹੰਨਾ ਦੀ ਇੰਜੀਲ ਉਹਦੇ 4 ਬਾਬ 'ਚ ਖੁਦਾਵੰਦ ਯਿਸੂ ਮਸੀਹ ਜਦੋਂ ਸਾਮਰੀਆ ਸ਼ਹਿਰ 'ਚ ਜਾਂਦੇ ਨੇ, ਅਤੇ ਉੱਥੇ ਇੱਕ ਔਰਤ ਜਿਹੜੀ ਹੁੰਦੀ ਹੈ, ਇੰਜੀ ਥੱਕੀ ਹੁੰਦੀ ਹੈ, ਔਰ ਉਹਨੂੰ ਨਹੀਂ, ਸੱਚ ਦੀ ਕੋਈ ਪਛਾਣ ਨਹੀਂ ਹੁੰਦੀ, ਅਤੇ ਉਹ ਪਿਆਸੀ ਹੁੰਦੀ ਹੈ, ਅਤੇ ਖੁਦਾਵੰਦ ਯਿਸੂ ਮਸੀਹ ਉਹਦੇ ਕੋਲ ਜਾਂਦੇ ਨੇ, ਅਤੇ ਉਹ ਜਦੋਂ ਸਾਰੀ ਗੱਲਬਾਤ ਹੁੰਦੀ ਹੈ, ਅਤੇ ਖੁਦਾਵੰਦ ਯਿਸੂ ਮਸੀਹ ਆਉਂਦੇ ਨੇ ਕਿ ਜਿਹੜਾ ਪਾਣੀ ਮੇਰੇ ਕੋਲ ਹੋਵੇ, ਅਗਰ ਤੂੰ ਉਹਨੂੰ ਮੰਗਦੀ ਤਾਂ ਮੈਂ ਤੈਨੂੰ ਦਿੰਦਾ, ਅਤੇ ਤੂੰ ਕਦੀ ਵੀ ਪਿਆਸਾ ਹੀ ਨਹੀਂ ਸੀ ਹੋਣਾ, ਬਲਕਿ ਤੇਰੇ ਵਿੱਚੋਂ ਇੱਕ ਹੀ ਸੀ ਚਸ਼ਮਾ ਬਹਿਣ ਨਿਕਲਣਾ ਸੀ, ਔਰ ਹਮੇਸ਼ਾ ਦੀ ਜ਼ਿੰਦਗੀ ਦਾ ਚਸ਼ਮਾ ਜਾਰੀ ਹੋ ਜਾਣਾ ਸੀ। ਅਗਰ ਵੇਖੀਏ ਯੂਹੰਨਾ 4:14 ਵਿੱਚ ਲਿਖਿਆ,
ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫਿਰ ਤਿਹਾਇਆ ਹੋਵੇਗਾ, ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪ ਕਾਲ ਤਿੱਕੋ ਕਦੀ ਤਿਹਾਇਆ ਨਾ ਹੋਵੇਗਾ, ਬਲਕਿ ਉਹ ਜਲ ਜੋ ਮੈਂ ਉਹਨੂੰ ਦਿਆਂਗਾ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਵਨ ਤਿੱਕਰ ਉੱਛਲਦਾ ਰਹੇਗਾ। ਖੁਦਾਵੰਦ ਯਿਸੂ ਮਸੀਹ ਦੇ ਕੋਲ ਜੋ ਕੀ ਹੈ ਹਮੇਸ਼ਾ ਲਈ ਜ਼ਿੰਦਗੀ ਦਾ ਚਸ਼ਮਾ ਜਾਰੀ ਰਹੇ ਹੋ ਜਾਏਗਾ, ਅਤੇ ਉਹ ਚਸ਼ਮਾ ਕੀ ਹੈ ਦੂਜਿਆਂ ਨੂੰ ਅੱਗੇ ਕੀ ਹੈ ਜੇ ਦੂਜੇ ਲੋਕ ਹੋਣਗੇ ਉਹਨਾਂ ਦੀ ਪਿਆਸ ਬੁਝਾਏਗਾ। ਅਤੇ ਅਗਰ ਅਸੀਂ ਜਾਨ ਚੈਪਟਰ 4 ਵਰਸ 39  'ਚ ਜਾਈਏ ਤਾਂ ਉੱਥੇ ਲਿਖਿਆ ਕਿ ਜਦੋਂ ਇਹ ਔਰਤ ਇਹ ਪਾਣੀ ਪੀ ਲੈਂਦੀ ਜਾਂ ਖੁਦਾਵੰਦ ਯਿਸੂ ਮਸੀਹ ਦਿੱਤਾ ਉਹਦੀ ਪਿਆਸ ਬੁਝ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕੀ ਉਹਦੇ ਅੰਦਰ ਚਸ਼ਮਾ ਜਾਰੀ ਹੋ ਜਾਂਦਾ ਹੈ। ਤਾਂ ਸਾਮਰੀਆ ਸ਼ਹਿਰ 'ਚ ਜਾ ਕੇ ਲੋਕਾਂ ਨੂੰ ਦੱਸਦੀ ਹੈ ਅਤੇ ਉਹਦੇ ਦੱਸਣ ਨਾਲ ਹੋਰ ਲੋਕ ਜਿਹੜੇ ਨੇ ਜਿਹਨਾਂ ਦੀ ਪਿਆਸ ਹੁੰਦੀ ਹੈ ਜਾਂ ਪਿਆਸੇ ਹੁੰਦੇ ਨੇ ਉਹਨਾਂ ਦੀ ਪਿਆਸ ਜਿਹੜੀ ਹੈ ਥਰਸ ਜਿਹੜੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਪੜ੍ਹ ਦਿਓ ਕਿ ਜਾਨ ਚੈਪਟਰ 4 ਵਰਸ 39। ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀ ਦੇ ਕਹਿਣੇ ਕਰਕੇ ਉਸ ਉੱਤੇ ਨੇਚਾ ਕੀਤੀ ਕਿ ਉਹਨੇ ਸਾਖੀ ਦਿੱਤੀ ਸੀ, ਭਾਈ ਜੋ ਕੁਝ ਮੈਂ ਕੀਤਾ ਹੈ ਉਸਨੇ ਸਭੋ ਮੈਨੂੰ ਦੱਸ ਦਿੱਤਾ। ਸੋ ਜਿਸ ਤਰ੍ਹਾਂ ਇਹ ਔਰਤ ਜਿਹੜੀ ਹੈ ਇਹਦੇ ਤੋਂ ਪਾਣੀ ਦਾ ਚਸ਼ਮਾ ਜਾਰੀ ਹੋ ਗਿਆ ਸੀ ਔਰ ਇਹਨੂੰ ਜਿਹੜੀ ਸੀ ਇਹਦੀ ਪਿਆਸ ਬੁਝ ਗਈ ਸੀ, ਅਸੀਂ ਕਹਿ ਸਕਦੇ ਹਾਂ ਕਿ ਸਾਡੀ ਵੀ ਪਿਆਸ ਜਿਹੜੀ ਹੈ ਉਹ ਬੁਝ ਚੁੱਕੀ ਹੈ, ਕਿਉਂਕਿ ਅਸੀਂ ਜਦੋਂ ਯਿਸੂ ਕੋ ਆਏ ਸਾਂ ਖੁਦਾ ਦਾ ਪਾਕ ਰੂਹ ਸਾਡੇ ਅੰਦਰ ਆਇਆ ਸੀ, ਅਸੀਂ ਯਿਸੂ ਜਿਹਾ ਸੱਚ ਉਹਨੂੰ ਜਾਣ ਲਿਆ ਹੈ, ਸਾਡੇ ਗੁਨਾਹ ਜਿਹੜੇ ਨੇ ਬਖਸ਼ੇ ਗਏ ਨੇ, ਅਸੀਂ ਰਾਚਸ ਰਾਸਬਾਜ਼ ਹੋ ਗਏ ਹਾਂ ਰਾਚਸ ਹੋ ਗਏ ਹਾਂ, ਅਤੇ ਅਸੀਂ ਜਾਣ ਗਏ ਹਾਂ ਕਿ ਇਸ ਜ਼ਿੰਦਗੀ ਤੋਂ ਬਾਅਦ ਸਾਡੀ ਕੀ ਅਸੀਂ ਸਾਨੂੰ ਕੀ ਮਿਲਣਾ ਹੈ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਹੈ। ਸੋ ਸਾਡੀ ਜਿਹੜੀ ਪਹਿਲੇ ਪਿਆਸ ਸੀ ਰੂਹਾਨੀ ਪਿਆਸ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਪਿਆਸ ਜਿਹੜੀ ਦੁਨੀਆ ਦੇ ਲੋਕ ਜਿਹੜੇ ਨੇ ਕਈ ਲੋਕ ਜਿਹੜੇ ਨੇ ਇਸ ਪਿਆਸ 'ਚ ਮੁਤਲਾ ਨੇ, ਸਾਡੀ ਇਹ ਪਿਆਸ ਜਿਹੜੀ ਹੈ ਖੁਦਾ ਨੇ ਬੁਝਾ ਦਿੱਤੀ ਹੋਈ ਹੈ, ਹੁਣ ਸਾਡੀ ਇਹ ਪਿਆਸ ਜਿਹੜੀ ਹੈ ਕਹਿ ਸਕਦੇ ਹਾਂ ਕਿ ਖਤਮ ਹੋ ਗਈ ਹੈ। ਅਤੇ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਹੈ ਕਿ ਥਰਸਟ ਜਿਹੜੀ ਹੈ ਮੈਂ ਕਿਹਾ ਸੀ ਦੋ ਕਿਸਮ ਦੀ, ਇੱਕ ਜਿਸਮ ਦੀ ਇੱਕ ਰੂਹਾਨੀ ਹੈ ਸਪਿਰਚੁਅਲ ਥਰਸਟ, ਅਤੇ ਮੈਂ ਕਿਹਾ ਸੀ ਸਪਿਰਚੁਅਲ ਥਰਸਟ ਦੇ ਵੀ ਦੋ ਅੱਗੇ ਹਿੱਸੇ ਨੇ, ਇੱਕ ਥਰਸਟ ਹੋਵੇ ਜਿਹੜੀ ਦੁਨੀਆ ਦੇ ਲੋਕ ਪਿਆਸੇ ਨੇ, ਲੇਕਿਨ ਇੱਕ ਥਰਸਟ ਹੋਵੇ ਜਿਹੜੀ ਖੁਦਾ ਚਾਹੁੰਦਾ ਕਿ ਸਾਡੇ ਅੰਦਰ ਹੋਣੀ ਚਾਹੀਦੀ ਹੈ। ਅੱਜ ਅਸੀਂ ਜਿਹੜੀ ਹੈ ਇਸ ਥਰਸ 'ਤੇ ਜਿਹੜੀ ਹੈ ਇਸ ਪਿਆਸ 'ਤੇ ਗੌਰ ਕਰਾਂਗੇ, ਜੇ ਇਹ ਜਿਹੀ ਥਰਸਟ ਹੈ ਜੇ ਤਾਂ ਅਸੀਂ ਅੱਜ ਗੌਰ ਕਰਨ ਜਾ ਰਹੇ ਹਾਂ, ਇਹ ਪਿਆਸ ਜਾਂ ਥਰਸਟ ਜਿਹੜੀ ਹੈ ਇਹ ਖੁਦਾ ਦੇ ਕੋਲ ਆਉਣ ਦੀ ਪਿਆਸ ਹੈ, ਖੁਦਾ ਦੇ ਕੋਲ ਖੁਦਾ ਦੇ ਨਾਲ ਫੈਲੋਸ਼ਿਪ ਕਰਨ ਦੀ ਪਿਆਸ ਹੈ, ਖੁਦਾ ਦੇ ਕੋਲ ਕਲੋਜ਼ ਹੋਣ ਦੀ ਜਿਹੜੀ ਥਰਸਟ ਹੈ ਪਿਆਸ ਹੈ, ਖੁਦਾ ਦੇ ਨਾਲ ਸੰਗਤ ਕਰਨ ਦੀ ਜਿਹੜੀ ਪਿਆਸ ਹੈ, ਖੁਦਾ ਚਾਹੁੰਦਾ ਕਿ ਸਾਡੇ ਅੰਦਰ ਇਹ ਪਿਆਸ ਹੋਵੇ। ਸਾਡੇ ਅੰਦਰ ਜੇ ਅਸੀਂ ਨਜਾਤ ਪਾ ਚੁੱਕੇ ਹਾਂ ਮਸੀਹ ਨੂੰ ਜਾਣ ਚੁੱਕੇ ਹਾਂ, ਇਹ ਜਿਹੜੀ ਪਿਆਸ ਹੈ ਕਹਿ ਸਕਦੇ ਹਾਂ ਉਦੋਂ ਜ਼ਿਆਦਾ ਹੋਏਗੀ ਜਦੋਂ ਅਸੀਂ ਖੁਦਾ ਨੂੰ ਜ਼ਿਆਦਾ ਪਿਆਰ ਕਰਾਂਗੇ। ਜਿੰਨਾ ਅਸੀਂ ਖੁਦਾ ਨੂੰ ਜ਼ਿਆਦਾ ਪਿਆਰ ਕਰਾਂਗੇ ਉਨੀ ਸਾਡੇ ਅੰਦਰ ਇਹ ਜ਼ਿਆਦਾ ਪਿਆਸ ਹੋਏਗੀ ਕਿ ਅਸੀਂ ਖੁਦਾ ਦੇ ਕੋਲ ਖੁਦਾ ਨੂੰ ਹੋਰ ਜਾਣੀਏ, ਖੁਦਾ ਨਾਲ ਹੋਰ ਸੰਗਤ ਕਰੀਏ, ਔਰ ਜਿੰਨਾ ਸਾਡੇ ਅੰਦਰ ਖੁਦਾ ਦਾ ਘੱਟ ਪਿਆਰ ਹੋਏਗਾ ਉਨੀ ਇਹ ਸਾਡੇ ਅੰਦਰ ਥਰਸਟ ਜਿਹੜੀ ਹੈ ਘੱਟ ਹੋਏਗੀ। ਜਿਸ ਤਰ੍ਹਾਂ ਮੈਂ ਆਖਿਆ ਖੁਦਾ ਚਾਹੁੰਦਾ ਵੇ ਕਿ ਸਾਡੇ ਅੰਦਰ ਇਹ ਜਿਹੜੀ ਪਿਆਸ ਹੈ ਰੂਹਾਨੀ ਪਿਆਸ ਕਿ ਖੁਦਾ ਕੋ ਆਉਣ ਦੀ ਪਿਆਸ, ਖੁਦਾ ਦੇ ਨਾਲ ਸੰਗਤ ਕਰਨ ਦੀ ਪਿਆਸ, ਇਹ ਸਾਡੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਹੋਏ। ਕਿ ਫਰਜ਼ ਜਦੋਂ ਅਸੀਂ ਕੰਮ 'ਤੇ ਜਾਂਦੇ ਹਾਂ ਅਤੇ ਸਾਡੇ ਅੰਦਰ ਜਦੋਂ ਕੰਮ ਕਰਨ ਹੁੰਦੇ ਹਾਂ ਅਤੇ ਸਾਡੇ ਅੰਦਰ ਇਹ ਪਿਆਸ ਹੋਣੀ ਚਾਹੀਦੀ ਹੈ ਕਿ ਕਦੋਂ ਮੈਂ ਘਰ ਜਾਵਾਂਗਾ, ਅਤੇ ਅਸੀਂ ਕੰਮ 'ਤੇ ਵੀ ਖੁਦਾ ਨੂੰ ਵਰਸ਼ਿਪ ਕਰ ਸਕਦੇ ਹਾਂ, ਖੁਦਾ ਨਾਲ ਗੱਲਾਂ ਕਰ ਸਕਦੇ ਹਾਂ ਦਿਲ ਦੇ ਅੰਦਰ, ਦੁਆ ਕਰ ਸਕਦੇ ਹਾਂ ਦਿਲ ਦੇ ਅੰਦਰ, ਲੇਕਿਨ ਕੰਮ ਦੇ ਅੰਦਰ ਵੀ ਸਾਨੂੰ ਇੱਕ ਥਰਸਟ ਹੋਣੀ ਚਾਹੀਦੀ ਹੈ ਕਿ ਕਦੋਂ ਮੈਂ ਘਰ ਜਾਵਾਂਗਾ ਅਤੇ ਮੈਂ ਆਪਣਾ ਕਮਰਾ ਬੰਦ ਕਰਾਂਗਾ, ਕਮਰੇ 'ਚ ਬਹਿ ਕੇ ਮੈਂ ਖੁਦਾ ਦੇ ਨਾਲ ਜਿਹੜੀ ਸੰਗਤ ਕਰਾਂਗਾ, ਫੈਲੋਸ਼ਿਪ ਕਰਾਂਗਾ, ਉਹਦੇ ਨਾਲ ਵਕਤ ਗੁਜ਼ਾਰਾਂਗਾ। ਇਹ ਖੁਦਾ ਚਾਹੁੰਦਾ ਸਾਡੇ ਅੰਦਰ ਥਰਸਟ ਹੋਣੀ ਚਾਹੀਦੀ ਹੈ, ਫਿਰ ਇਹ ਖੁਦਾ ਚਾਹੁੰਦਾ ਕਿ ਸਾਡੇ ਅੰਦਰ ਇਹ ਪਿਆਸ ਹੋਣੀ ਚਾਹੀਦੀ, ਥਰਸਟ ਹੋਣੀ ਚਾਹੀਦੀ ਹੈ ਕਿ ਪੂਰਾ ਵੀਕ ਅਸੀਂ ਇੰਤਜ਼ਾਰ ਕਰੀਏ ਕਿ ਕਦੋਂ ਸੰਡੇ ਆਏਗਾ, ਕਦੋਂ ਇਤਵਾਰ ਹੋਏਗਾ, ਜਦੋਂ ਖੁਦਾ ਦੇ ਲੋਕਾਂ ਨਾਲ ਫੈਲੋਸ਼ਿਪ ਕਰਾਂਗੇ, ਸੰਗਤ ਕਰਾਂਗੇ, ਇਕੱਠੇ ਹੋਵਾਂਗੇ। ਖੁਦਾ ਚਾਹੁੰਦਾ ਕਿ ਇਹ ਸਾਡੇ ਅੰਦਰ ਜਿਹੜੀ ਹੈ ਪਿਆਸ ਹੋਣੀ ਚਾਹੀਦੀ ਹੈ। ਅਤੇ ਅਸੀਂ ਵੇਖਾਂਗੇ ਜ਼ਬੂਰ 42 ਵਰਸ 1-2, ਉੱਥੇ ਜ਼ਬੂਰ ਲਿਖਣ ਵਾਲਾ ਕੀ ਆਉਂਦਾ ਹੈ। ਜਿਵੇਂ ਹਿਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ ਹੈ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ।
ਮੇਰਾ ਜੀ ਪਰਮੇਸ਼ਵਰ ਦੇ ਲਈ ਜਿਉਂਦੇ ਪਰਮੇਸ਼ਵਰ ਦੇ ਲਈ ਤਿਹਾਇਆ ਹੈ। ਮੈਂ ਕਦੋਂ ਜਾਵਾਂ ਅਤੇ ਪਰਮੇਸ਼ਵਰ ਦੇ ਸਨਮੁਖ ਹਾਜ਼ਰ ਹੋਵਾਂ। ਸੋ ਇੱਥੇ ਵੇਖਦੇ ਹਾਂ ਕਿ ਇਹ ਜ਼ਬੂਰ ਲਿਖਣ ਵਾਲਾ ਵੇ ਇਹ ਖੁਦਾ ਦੀ ਹਜ਼ੂਰੀ 'ਚ ਜਾਣ ਦੇ ਲਈ ਕੀ ਸੀ, ਬੇਚੈਨ ਸੀ, ਪਿਆਸਾ ਸੀ ਕਿ ਕਦੋਂ ਮੈਂ ਖੁਦਾ ਦੀ ਹਜ਼ੂਰੀ 'ਚ ਜਾਵਾਂ, ਪ੍ਰੈਜੈਂਸ 'ਚ ਜਾਵਾਂ ਅਤੇ ਆਪਣੀ ਜਿਹੀ ਖੁਦਾ ਦੇ ਕੋਲ ਜਾਣ ਦੀ ਪਿਆਸ ਹੈ ਉਹਨੂੰ ਮਿਟਾਵਾਂ ਔਰ ਆਪਣੀ ਜਿਹੀ ਮਨ ਦੀ ਜਿਹੜੀ ਹੈ ਬੇਚੈਨੀ ਹੈ ਉਹਨੂੰ ਮਿਟਾਵਾਂ ਅਤੇ ਸ਼ਾਂਤੀ 'ਚ ਜਿਹੜੀ ਹੈ ਉਹਨੂੰ ਹਾਸਲ ਕਰਾਂ। ਕਿਉਂਕਿ ਜਦੋਂ ਅਸੀਂ ਖੁਦਾ ਦੇ ਕੋਲ ਆਉਂਦੇ ਹਾਂ ਪਿਆਸੇ ਹੋ ਕੇ ਸਾਨੂੰ ਕੀ ਚੈਨ ਮਿਲਦਾ, ਸ਼ਾਂਤੀ ਮਿਲਦੀ ਹੈ, ਪੀਸ ਮਿਲਦਾ। ਔਰ ਇਹ ਜਿਹੜਾ ਜ਼ਬੂਰ ਲਿਖਣ ਵਾਲਾ ਕੀ ਆਉਂਦਾ ਵੇ ਕਿ ਜਿਸ ਤਰ੍ਹਾਂ ਹਰਨੀ ਜਿਹੜੀ ਹੈ ਪਾਣੀਆਂ ਦੇ ਨਾਲਿਆਂ ਨੂੰ ਤਰਸਦੀ ਹੈ, ਇਸ ਤਰ੍ਹਾਂ ਹੀ ਮੇਰੀ ਰੂਹ ਕੀ ਹੈ, ਮੇਰੀ ਸਪਿਰਿਟ ਕਿਹਦੇ ਲਈ ਪਿਆਸੀ ਹੈ, ਥਰਸਟੀ ਹੈ, ਖੁਦਾ ਦੇ ਲਈ ਥਰਸਟੀ ਹੈ। ਇਹਨੂੰ ਖੁਦਾ ਦਾ ਹੀ ਪਤਾ ਸੀ ਔਰ ਇਹ ਖੁਦਾ ਦਾ ਬੰਦਾ ਸੀ, ਲੇਕਿਨ ਇਹ ਖੁਦਾ ਦੇ ਨਾਲ ਫੈਲੋਸ਼ਿਪ ਕਰਨ ਦੇ ਲਈ, ਸੰਗਤ ਕਰਨ ਦੇ ਲਈ ਬਹੁਤ ਹੀ ਪਿਆਸਾ ਸੀ। ਇੱਕ ਹੋਰ ਗੱਲ ਹੈ ਕਿ ਜਦੋਂ ਵੀ ਕਲਾਮ ਦੇ ਵਿੱਚ ਕਿਸੇ ਦਾ ਜ਼ਿਕਰ ਹੁੰਦਾ, ਫਰਜ਼ ਕਰੋ ਕਿਸੇ ਚੀਜ਼ ਦਾ ਮਿਸਾਲ ਦਿੱਤੀ ਜਾਂਦੀ ਹੈ, ਉਹਦਾ ਬਹੁਤ ਗਹਿਰੇ ਮਾਇਨੇ ਹੁੰਦੇ ਨੇ। ਆਮ ਲੋਕ ਕਹਿੰਦੇ ਨੇ ਕਿ ਹਰਨੀ ਜਦੋਂ ਹੀ ਹੈ, ਜਦੋਂ ਪਿਆਸੀ ਹੁੰਦੀ ਹੈ ਅਤੇ ਆ ਪਾਣੀ ਦੀ ਤਲਾਸ਼ 'ਚ ਇਹ ਫਿਰ ਦੌੜਦੀ ਹੈ ਜਾਂ ਰਨ ਕਰਦੀ ਹੈ ਜਾਂ ਪਾਣੀ ਲੱਭਣ ਦੇ ਲਈ ਬਾਅਦ ਕਾਤੇ ਨੂੰ 50 ਕਿਲੋਮੀਟਰ ਜਾਂ 60 ਕਿਲੋਮੀਟਰ ਵੀ ਦੂਰ ਜਾਣਾ ਪੈਂਦਾ ਅਤੇ ਦੌੜਦੀ ਹੈ ਅਤੇ ਪਾਣੀ ਨੂੰ ਕੀ ਲੱਭ ਕਿਤੋਂ ਤੋਂ ਪੀ ਕੇ ਅਤੇ ਫਿਰ ਆਉਂਦੀ ਹੈ। ਅਤੇ ਇਸ ਲਈ ਕਿਹਾ ਗਿਆ ਜਿਸ ਤਰ੍ਹਾਂ ਹਰਨੀ ਜਿਹੜੀ ਹੈ ਉਹ ਪਾਣੀਆਂ ਦੀ ਨਾਲੀ ਨੂੰ ਕੀ ਹੈ ਤਰਸਦੀ ਹੈ। ਅਤੇ ਜ਼ਬੂਰ 42 ਦੀ ਵਸਤੂ 'ਚ ਲਿਖਿਆ ਕਿ ਮੇਰੀ ਰੂਹ, ਅੱਗੇ ਜ਼ਬੂਰ ਲਿਖਣ ਵਾਲਾ ਕਹਿੰਦਾ ਕਿ ਮੇਰੀ ਰੂਹ ਕੀ ਹੈ, ਖੁਦਾ ਦੇ ਲਈ ਕੀ ਹੈ, ਜ਼ਿੰਦਾ ਖੁਦਾ ਦੇ ਲਈ ਪਿਆਸੀ ਹੈ। ਅੱਗੇ ਲਿਖਦਾ ਕਿ ਮੈਂ ਕਦੋਂ ਖੁਦਾ ਦੇ ਹਜ਼ੂਰ 'ਚ ਜਾਵਾਂਗਾ, ਕਦੋਂ ਖੁਦਾ ਦੀ ਪ੍ਰੈਜੈਂਸ 'ਚ ਜਾਵਾਂਗਾ ਅਤੇ ਖੁਦਾ ਦੇ ਨਾਲ ਸੰਗਤ ਕਰਕੇ, ਫੈਲੋਸ਼ਿਪ ਕਰਕੇ ਆਪਣੀ ਪਿਆਸ ਨੂੰ ਪੁਜਾਵਾਂਗਾ। ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਹੈ ਕਿ ਜਿੰਨਾ ਅਸੀਂ ਖੁਦਾ ਨਾਲ ਜ਼ਿਆਦਾ ਸਾਡਾ ਪਿਆਰ ਹੋਏਗਾ, ਉਨੀ ਸਾਡੀ ਖੁਦਾ ਦੇ ਲਈ ਕੀ ਹੈ ਪਿਆਸ ਜਿਹੜੀ ਉਹਦੇ ਨਾਲ ਫੈਲੋਸ਼ਿਪ ਕਰਨ ਦੀ, ਸੰਗਤ ਕਰਨ ਦੀ, ਉਹਦੇ ਮਿਲਣ ਨਾਲ, ਉਹ ਖੁਦਾ ਨਾਲ ਦੁਆ ਕਰਨ ਦੀ ਕੀ ਹੈ ਸਾਡੇ ਕੀ ਅੰਦਰ ਜ਼ਿਆਦਾ ਪਿਆਸ ਹੋਏਗੀ। ਜਿੰਨਾ ਸਾਡਾ ਪਿਆਰ ਘੱਟ ਹੁੰਦਾ ਜਾਏਗਾ ਉਨੀ ਇਹ ਪਿਆਸ ਜਿਹੜੀ ਹੈ ਘੱਟਦੀ ਜਾਏਗੀ। ਬਾਅਦ ਕਰ ਲੋਕ ਕਹਿੰਦੇ ਨੇ ਕਿ ਉਹ ਅੱਜ ਸੰਡੇ ਵੇ ਅੱਜ ਚਰਚ ਵੀ ਜਾਣਾ ਵੇ, ਉਹ ਅੱਜ ਮੈਂ ਨਾ ਜਾਵਾਂ ਤਾਂ ਕੀ ਫਰਕ ਪੈਣਾ। ਬਾਅਦ ਕਰ ਲੋਕ ਕਹਿੰਦੇ ਚਲੋ ਅੱਜ ਚਰ ਹੋ ਹੀ ਜਾਂਦੇ ਹਾਂ ਫਿਰ ਚਰਚੋਂ। ਇਹ ਖੁਦਾ ਦੇ ਨਾਲ ਪਿਆਸ ਨਹੀਂ, ਇਹ ਖੁਦਾ ਦੇ ਨਾਲ ਪਿਆਸ ਨਹੀਂ, ਸਿਰਫ ਮਜਬੂਰੀ ਨਾਲ ਜੋ ਜਾਂਦੇ ਹਾਂ ਉਹ ਖੁਦਾ ਦੇ ਨਾਲ ਸਾਡੀ ਪਿਆਸ ਨਹੀਂ ਹੁੰਦੀ। ਜਦੋਂ ਅਸੀਂ ਖੁਸ਼ੀ ਨਾਲ ਜਾਂਦੇ ਹਾਂ, ਖੁਸ਼ ਹੋ ਕੇ ਜਾਂਦੇ ਹਾਂ, ਇੰਤਜ਼ਾਰ ਕਰਦੇ ਹਾਂ ਕਿ ਜਿਵੇਂ ਇੱਥੇ ਜ਼ਬੂਰ ਲਿਖਣ ਵਾਲਾ ਆਉਂਦਾ ਪਿਆ ਕਿ ਮੈਂ ਕਦੋਂ, ਮੇਰੀ ਰੂਹ ਖੁਦਾ ਲਈ ਪਿਆਸੀ ਹੈ, ਕਦੋਂ ਮੈਂ ਖੁਦਾ ਦੇ ਹਜ਼ੂਰ 'ਚ ਜਾਵਾਂਗਾ, ਕਿ ਮੈਂ ਕਦੋਂ ਜਾਵਾਂਗਾ ਖੁਦਾ ਦੇ ਨਾਲ ਫੈਲੋਸ਼ਿਪ ਕਰਾਂਗਾ। ਔਰ ਜਦੋਂ ਅਸੀਂ ਖੁਦਾ ਦੇ ਨਾਲ ਜਦੋਂ ਸਾਡੇ ਅੰਦਰ ਪਿਆਸ ਹੁੰਦੀ ਹੈ ਅਤੇ ਫਿਰ ਅਸੀਂ ਖੁਸ਼ੀ ਦੇ ਨਾਲ ਕੀ ਹੈ ਖੁਦਾ ਦੇ ਕੋਲ ਆਉਂਦੇ ਹਾਂ। ਅਤੇ ਜ਼ਬੂਰ 100 ਅਤੇ ਸਾਮ 100 ਦੀ ਵਸਤੂ 'ਚ ਕੀ ਲਿਖਿਆ ਹੋਇਆ ਕਿ ਖੁਸ਼ੀ ਦੇ ਨਾਲ ਖੁਦਾ ਦੀ ਕੀ ਹੈ ਇਬਾਦਤ ਕਰੋ, ਗਾਉਂਦੇ ਹੋਏ ਉਹਦੇ ਹਜ਼ੂਰ ਆਓ, ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ, ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ। ਖੁਸ਼ੀ ਨਾਲ ਕੀ ਹੈ ਖੁਦਾ ਦੇ ਹਜ਼ੂਰ ਆਓ, ਖੁਸ਼ ਹੋ ਕੇ, ਪਿਆਸੇ ਹੋ ਕੇ ਖੁਦਾ ਦੇ ਹਜ਼ੂਰ ਆਓ, ਤਸ ਰੱਖ ਕੇ ਖੁਦਾ ਦੇ ਹਜ਼ੂਰ ਆਓ, ਲਾਚਾਰੀ ਨਾ ਨਹੀਂ, ਪਰੇਸ਼ਾਨੀ ਨਾ ਨਹੀਂ। ਉਹ ਅੱਜ ਤਾਂ ਅੱਜ ਜਾਣਾ ਮੈਂ ਸੰਡੇ ਵੀ ਜਾਣਾ, ਅੱਜ ਪ੍ਰੇਅਰ ਮੀਟਿੰਗ ਵੀ ਹੈ, ਜਾਂ ਇਹ ਨਹੀਂ ਕਿ ਆਏ ਅੱਜ ਘਰ ਜਾ ਕੇ ਹਲੇ ਮੈਂ ਦੁਆ ਵੀ ਕਰਨੀ ਹੈ, ਚਲੋ ਅੱਜ ਨਹੀਂ ਕਰਦਾ, ਨਹੀਂ। ਖੁਸ਼ੀ ਨਾਲ ਅਸੀਂ ਇਸ ਚੀਜ਼ ਦਾ ਇੰਤਜ਼ਾਰ ਕਰਨਾ, ਖੁਸ਼ੀ ਦੇ ਨਾਲ ਖੁਦਾ ਦੇ ਹਜ਼ੂਰ 'ਚ ਜਾਣਾ ਵੇ। ਅਤੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਜ਼ਬੂਰ 42 'ਚ ਅਤੇ ਵਸਤੂ 'ਚ ਕੀ ਆਉਂਦਾ ਕਿ ਮੇਰੀ ਰੂਹ ਕੀ ਹੈ ਖੁਦਾ ਲਈ ਜ਼ਿੰਦਾ, ਖੁਦਾ ਲਈ ਪਿਆਸੀ ਹੈ, ਮੈਂ ਕਦੋਂ ਖੁਦਾ ਦੇ ਹਜ਼ੂਰ ਜਾਵਾਂਗਾ ਅਤੇ ਉਹਦੇ ਹਜ਼ੂਰ ਹਾਜ਼ਰ ਹੋਵਾਂਗਾ। ਅਤੇ ਇਸ ਤਰ੍ਹਾਂ ਹੀ ਸਾਮ 122 'ਚ ਤਾਂ ਉਹਦੀ ਪਹਿਲੀ ਅੱਜ ਜ਼ਬੂਰ ਲਿਖਣ ਆਉਂਦਾ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚਲੀਏ, ਖੁਦਾ ਦੇ ਘਰ 'ਚ ਚਲੀਏ। ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ ਭਾਈ ਯਹੋਵਾ ਦੇ ਘਰ ਨੂੰ ਚੱਲੀਏ। ਹਾਂਜੀ, ਇਹ ਕਿਉਂ ਖੁਸ਼ ਸੀ? ਕਿਉਂਕਿ ਪਿਆਸਾ ਸੀ, ਇਹ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਪਹਿਲੇ ਆਉਂਦਾ ਜ਼ਬੂਰ 42 'ਚ ਆਉਂਦਾ ਕਿ ਮੈਂ ਕਦੋਂ ਖੁਦਾ ਦੇ ਹਜ਼ੂਰ 'ਚ ਜਾਵਾਂਗਾ, ਅਤੇ ਇੱਥੇ ਕੀ ਜ਼ਬੂਰ ਲਿਖਣ ਵਾਲਾ ਆਉਂਦਾ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਕੀ ਹੈ ਆਖਣ ਲੱਗੇ। ਕਿੱਥੇ ਚੱਲੀਏ? ਖੁਦਾ ਦੀ ਪ੍ਰੈਜ਼ੈਂਸ 'ਚ ਚੱਲੀਏ, ਖੁਦਾ ਦੇ ਘਰ 'ਚ ਚੱਲੀਏ, ਕਿਉਂਕਿ ਇਹਦੇ ਅੰਦਰ ਕੀ ਸੀ? ਥਰਸ ਸੀ, ਪਿਆਸ ਸੀ। ਅਤੇ ਜਿਸ ਤਰ੍ਹਾਂ ਅਸੀਂ ਕੁਝ ਵੀਕ ਪਹਿਲੇ ਗੌਰ ਕੀਤਾ ਸੀ ਕਿ
ਪਾਖੁਦੀ ਦੀ ਸ਼ਕਤੀ ਦੇ ਬਾਰੇ ਗੌਰ ਕੀਤਾ ਸੀ ਕਿ ਅਸੀਂ ਖੁਦਾ ਦੀ ਜਿਹੜੀ ਪਾਖੁਦੀ ਦੀ ਸ਼ਕਤੀ ਹੈ, ਤਾਕਤ ਹੈ, ਉਹਦੇ ਨਾਲ ਵਾਰ ਵਾਰ ਕੀ ਹੈ ਭਰਨਾ ਹੈ, ਫਿਲ ਹੋਣਾ ਹੈ। ਅਤੇ ਅਸੀਂ ਗੌਰ ਕੀਤਾ ਸੀ ਕਿ ਈਦ ਦੇ 35 ਦੇ ਦਿਨ ਜਦੋਂ ਹੋਲੀ ਸਪਿਰਿਟ ਆਇਆ ਸੀ ਅਤੇ ਸਾਰੇ ਗੈਰ ਜ਼ਬਾਨਾਂ ਬੋਲਣ ਲੱਗ ਪਏ ਅਤੇ ਖੁਦਾ ਦੀ ਪਾਖੁਦੀ ਦੀ ਸ਼ਕਤੀ ਨਾਲ ਭਰ ਗਏ, ਅਤੇ ਫਿਰ ਅਸੀਂ ਵੇਖਿਆ ਸੀ ਬੁੱਕ ਆਫ ਐਕਟ 'ਚ ਕਿ ਜਿਹੜੇ ਅਪਾਸਲ ਸਨ, ਰਸੂਲ ਸਨ, ਵਾਰ ਵਾਰ ਦੁਆ 'ਚ ਜਾਂਦੇ ਸਨ ਅਤੇ ਪਾਖੁਦੀ ਦੀ ਸ਼ਕਤੀ ਨਾਲ ਭਰਦੇ ਸਨ। ਅਗਰ ਅਸੀਂ ਜਾਈਏ ਬੁੱਕ ਆਫ ਐਕਟਸ, ਅਮਾਲ ਦੀ ਕਿਤਾਬ, ਚੇਲਿਆਂ ਦੇ ਕਰਤੱਵੇ, ਬੁੱਕ ਆਫ ਐਕਟਸ 4:31 'ਚ ਜਦ ਉਹ ਬੇਨਤੀ ਕਰ ਹਟੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ ਹਿਲ ਗਿਆ ਅਤੇ ਸਭੋ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਔਰ ਪਰਮੇਸ਼ਵਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ। ਸੋ ਇੱਥੇ ਵੀ ਨਿਆ ਕਿ ਸ਼ਗਿਰਦ ਜਿਹੜੇ ਸਨ ਦੁਆ 'ਚ ਗਏ ਔਰ ਉਹ ਪਾਖੁਦੀ ਦੀ ਤਾਕਤ ਨਾਲ ਭਰ ਗਏ। ਇਸੇ ਤਰ੍ਹਾਂ ਅਸੀਂ ਵੀ ਅਗਰ ਪਾਖੁਦੀ ਦੀ ਸ਼ਕਤੀ ਨਾਲ ਭਰਨਾ ਚਾਹੁੰਦੇ ਹਾਂ ਤਾਂ ਸਾਨੂੰ ਖੁਦਾ ਦੀ ਪ੍ਰੈਜੈਂਸ 'ਚ, ਖੁਦਾ ਦੀ ਸੰਗਤ 'ਚ ਪਿਆਸੇ ਹੋ ਕੇ ਖੁਸ਼ੀ ਨਾਲ ਆਉਣਾ ਚਾਹੀਦਾ ਹੈ। ਅਤੇ ਜਦੋਂ ਅਸੀਂ ਪਿਆਸੇ ਹੋ ਕੇ ਖੁਸ਼ੀ ਨਾਲ ਖੁਦਾ ਦੀ ਪ੍ਰੈਜੈਂਸ 'ਚ ਸੰਗਤ 'ਚ ਆਵਾਂਗੇ ਤਾਂ ਅਸੀਂ ਖੁਦਾ ਦੀ ਤਾਕਤ ਅਤੇ ਸ਼ਕਤੀ ਨਾਲ ਭਰਾਂਗੇ। ਅਤੇ ਬਾਅਦ ਘੱਟ ਅਸੀਂ ਖੁਦਾ ਦੇ ਵਾਅਦੇ ਜਿਹੜੇ ਨੇ ਖੁਦਾ ਨੂੰ ਯਾਦ ਦਿਲਾਉਂਦੇ ਹਾਂ, ਜਿਸ ਤਰ੍ਹਾਂ ਖੁਦਾ ਦੇ ਕਲਾਮ 'ਚ ਲਿਖਿਆ ਕਿ ਖੁਦਾ ਯਿਸੂ ਮਸੀਹ ਆਉਂਦੇ ਨੇ ਕਿ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ ਅਤੇ ਮੈਂ ਕਿਉਂ ਨਹੀਂ ਆਪਣੇ ਮੰਗਣ ਵਾਲੇ ਨੂੰ ਪਾਖ ਨੂੰ ਦਿਆਂਗਾ। ਬਾਅਦ ਘੱਟ ਅਸੀਂ ਖੁਦਾ ਨੂੰ ਇਹ ਵਾਅਦੇ ਯਾਦ ਦਿਲਾਉਂਦੇ ਹਾਂ, ਲੇਕਿਨ ਅਸੀਂ ਖੁਦ ਜਿਹੜੇ ਹਾਂ ਪਿਆਸੇ ਹੋ ਕੇ ਖੁਦਾ ਦੇ ਕੋਲ ਨਹੀਂ ਆਉਂਦੇ, ਅਸੀਂ ਖੁਸ਼ੀ ਨਾਲ ਨਹੀਂ ਆਉਂਦੇ, ਪਿਆਸੇ ਹੋ ਕੇ ਨਹੀਂ ਆਉਂਦੇ। ਅਤੇ ਅਗਰ ਵੇਖੀਏ ਯਸਾਇਆ 44:3 ਇਸ ਤਰ੍ਹਾਂ ਲਿਖਿਆ, ਮੈਂ ਤਾਂ ਤਿਹਾਈ ਜ਼ਮੀਨ ਉੱਤੇ ਪਾਣੀ ਅਤੇ ਸੁੱਕੀ ਸਰੀ ਭੋ ਉੱਤੇ ਨਦੀਆਂ ਵਗਾਵਾਂਗਾ। ਇੱਥੇ ਲਿਖਿਆ ਮੈਂ ਪਿਆਸੀ ਜ਼ਮੀਨ 'ਤੇ ਪਾਣੀ ਨੂੰ ਉਡੇਲਾਂਗਾ ਅਤੇ ਖੁਸ਼ ਜ਼ਮੀਨ 'ਚ ਨਦੀਆਂ ਜਾਰੀ ਕਰਾਂਗਾ। ਸੋ ਜਦੋਂ ਅਸੀਂ ਪਿਆਸੇ ਹੋਵਾਂਗੇ ਉਦੋਂ ਖੁਦਾ ਸਾਨੂੰ ਕੀ ਪਾਖੁਦੀ ਦੀ ਸ਼ਕਤੀ ਨਾਲ ਭਰਨਗੇ। ਜਿਸ ਤਰ੍ਹਾਂ ਅਸੀਂ ਪਹਿਲੇ ਵੇਖਿਆ ਸੀ ਕਿ ਸਾਮਰੀ ਔਰ ਜਦੋਂ ਖੁਦਾਵੰਦ ਯਿਸੂ ਮਸੀਹ ਕੋ ਆਉਂਦੀ ਹੈ ਅਤੇ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਕਿ ਜਿਹੜਾ ਪਾਣੀ ਮੈਂ ਦਿਆਂਗਾ ਤੇਰੇ ਅੰਦਰ ਪਾਣੀ ਦੀਆਂ ਨਦੀਆਂ ਬਣ ਕੇ ਜਾਰੀ ਹੋ ਜਾਏਗਾ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਇਹ ਜਾਂ ਖੁਦਾ ਨੇ ਸਾਨੂੰ ਸਾਡੀ ਪਿਆਸ ਬੁਝਾਈ ਹੈ, ਸਾਡੇ ਅੰਦਰ ਪਾਣੀ ਸਾਨੂੰ ਪਾਖਰੂ ਦਿੱਤਾ ਹੈ, ਇਹ ਨਦੀਆਂ ਬਣ ਕੇ ਜਾਰੀ ਹੋਵੇ, ਅਤੇ ਇਹਦੇ ਲਈ ਸਾਨੂੰ ਵਾਰ ਵਾਰ ਜਿਹੜਾ ਖੁਦਾ ਦੀ ਪ੍ਰੈਜੈਂਸ 'ਚ ਆਉਣ ਦੀ ਜ਼ਰੂਰਤ ਹੈ, ਪਿਆਸੇ ਹੋ ਕੇ ਖੁਸ਼ੀ ਨਾਲ। ਅਤੇ ਜਦੋਂ ਅਸੀਂ ਪਿਆਸੇ ਹੋ ਕੇ ਆਵਾਂਗੇ ਖੁਦਾ ਜਿਹੜਾ ਸਾਡੇ ਅੰਦਰ ਪਾਖਰੂ ਨੂੰ ਵਾਰ ਵਾਰ ਫਿਲ ਕਰੇਗਾ, ਭਰੇਗਾ, ਔਰ ਪਾਣੀ ਜਿਹੜਾ ਦੀ ਨਦੀ ਜਿਹੜਾ ਫਲੋ ਜਿਹੜਾ ਇਹ ਜਾਰੀ ਰਹੇਗਾ। ਲੇਕਿਨ ਅਗਰ ਅਸੀਂ ਵਾਰ ਵਾਰ ਨਹੀਂ ਆਉਂਦੇ, ਪਾਖੁਦੀ ਦੀ ਸ਼ਕਤੀ ਨਾਲ ਤਾਕਤ ਨਹੀਂ ਭਰਦੇ, ਤਾਂ ਫਲੋ ਜਿਹੜਾ ਉਹ ਸਟਾਪ ਹੋ ਸਕਦਾ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਕੋਈ ਵੀ ਦਰਿਆ ਹੋਵੇ ਅਤੇ ਪਾਣੀ ਵਾਰ ਵਾਰ ਇੱਕ ਸਾਈਡ ਤੋਂ ਆਉਂਦਾ ਹੈ ਅਤੇ ਚੱਲਦਾ ਜਾਂਦਾ ਹੈ, ਲੇਕਿਨ ਅਗਰ ਦਰਿਆ 'ਚ ਪਾਣੀ ਆਉਣਾ ਬੰਦ ਹੋ ਜਾਏ ਤਾਂ ਪਾਣੀ ਖੜ੍ਹਾ ਹੋ ਕੇ ਉਹ 'ਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਕੀੜੇ ਪੈਣੇ ਸ਼ੁਰੂ ਹੋ ਜਾਂਦੇ ਨੇ। ਖੁਦਾ ਚਾਹੁੰਦਾ ਹੈ ਕਿ ਅਸੀਂ ਪਿਆਸੇ ਹੋ ਕੇ ਖੁਦਾ ਕੋ ਆਈਏ, ਦੁਆ 'ਚ ਆਈਏ, ਖੁਸ਼ੀ ਨਾਲ ਆਈਏ ਅਤੇ ਪਾਖੁਰੂ ਦੀ ਤਾਕਤ ਨੂੰ ਲਈਏ, ਅਤੇ ਇਹ ਜਿਹਾ ਪਾਖੁਰੂ ਦਾ ਜਿਹੜਾ ਚਸ਼ਮਾ ਹੈ ਇਹ ਸਾਡੇ ਅੰਦਰ ਹਰ ਵਕਤ ਜਾਰੀ ਰਹੇ। ਇੱਕ ਹੋਰ ਗੱਲ ਹੈ, ਅਗਰ ਅਸੀਂ ਖੁਦਾ ਦੀ ਅੱਛੀ ਗਵਾਹੀ ਦੇਣਾ ਚਾਹੁੰਦੇ ਹਾਂ, ਖੁਦਾ ਲਈ ਗਵਾਹ ਬਣਨਾ ਚਾਹੁੰਦੇ ਹਾਂ, ਫਿਰ ਵੀ ਸਾਨੂੰ ਖੁਦਾ ਦੇ ਕੋਲ ਪਿਆਸੇ ਹੋ ਕੇ ਆਉਣ ਦੀ ਜ਼ਰੂਰਤ ਹੈ। ਜਦੋਂ ਅਸੀਂ ਖੁਦ ਪਿਆਸੇ ਹੋਵਾਂਗੇ ਤਾਂ ਦੂਸਰੇ ਲੋਕਾਂ ਦੀ ਪਿਆਸ ਨੂੰ ਵੀ ਬੁਝਾਵਾਂਗੇ। ਅਗਰ ਅਸੀਂ ਖੁਦ ਪਿਆਸੇ ਨਹੀਂ ਹੋਵਾਂਗੇ ਤਾਂ ਸਾਡੇ ਅੰਦਰ ਪਾਖੁਰੂ ਦਾ ਜਿਹੜਾ ਚਸ਼ਮਾ ਇਹ ਜਾਰੀ ਨਹੀਂ ਹੋਏਗਾ ਅਤੇ ਅਸੀਂ ਗਵਾਹੀ ਨਹੀਂ ਦੇ ਸਕਦੇ। ਅਗਰ ਅਸੀਂ ਵੇਖੀਏ ਬੁੱਕ ਆਫ ਰੈਵਲੇਸ਼ਨ 22, ਮੁਕਾਸ਼ਾ ਦੀ ਕਿਤਾਬ 22:17 ਉਹਦੀ 17 ਆਇਤ, ਆਤਮਾ ਅਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਹਾਂਜੀ, ਇੱਥੇ ਇਸ ਤਰ੍ਹਾਂ ਲਿਖਿਆ ਕਿ ਅਸੀਂ ਪਾਖਰੂ ਦੇ ਨਾਲ ਕੀ ਆ ਪਾਰਟਨਰ ਹਾਂ। ਇੱਥੇ ਲਿਖਿਆ ਰੂਹ ਤੇ ਦੁਲਨ ਕਹਿੰਦੀ ਨੇ, ਸੋ ਅਸੀਂ ਪਾਖਰੂ ਨਾਲ ਪਾਰਟਨਰ ਹਾਂ, ਔਰ ਅਸੀਂ ਲੋਕਾਂ ਨੂੰ ਕੀ ਹੈ ਜਿਹੜੇ ਪਿਆਸੇ ਨੇ ਇਸ ਦੁਨੀਆਂ 'ਚ, ਜਿਹੜੇ ਸੱਚ ਨੂੰ ਲੱਭ ਰਹੇ ਨੇ, ਜਿਹੜੇ ਰਾਸਬਾਜ਼ੀ ਨੂੰ ਲੱਭ ਰਹੇ ਨੇ, ਜਿਹੜੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਪਰੇਸ਼ਾਨ ਨੇ, ਪਿਆਸੇ ਨੇ, ਉਹਨਾਂ ਦੀ ਪਿਆਸ ਨੂੰ ਬੁਝਾਉਣੀ ਹੈ। ਲੇਕਿਨ ਅਗਰ ਖੁਦ ਨਹੀਂ ਪਿਆਸ, ਅਗਰ ਖੁਦ ਨਹੀਂ ਖੁਦਾ ਲਈ ਪਿਆਸੇ ਹੁੰਦੇ, ਖੁਦਾ ਦੇ ਕੋਲ ਨਹੀਂ ਆਉਂਦੇ,
ਅਤੇ ਅਸੀਂ ਦੂਸਰਿਆਂ ਦੀ ਪਿਆਸ ਜਿਹੜੀ ਹੈ ਉਹਨੂੰ ਨਹੀਂ ਬੁਝਾ ਸਕਦੇ। ਸੋ ਖੁਦਾ ਚਾਹੁੰਦਾ ਵੇ ਕਿ ਅਸੀਂ ਰੂਹਾਨੀ ਤੌਰ 'ਤੇ ਖੁਦਾ ਦੇ ਲਈ ਪਿਆਸੇ ਹੋਈਏ। ਜਦੋਂ ਅਸੀਂ ਕੰਮ ਕਰਦੇ ਹਾਂ ਦਿਨ ਭਰ, ਅਸੀਂ ਸੋਚੀਏ ਕਿ ਮੈਂ ਕਦੋਂ ਜਾ ਕੇ ਖੁਦਾ ਦੇ ਹਜ਼ੂਰ 'ਚ ਜਾਵਾਂਗਾ, ਆਪਣੇ ਕਮਰੇ 'ਚ ਜਾਵਾਂਗਾ, ਦੁਆ ਕਰਾਂਗਾ। ਫਿਰ ਪੂਰਾ ਵੀਕ ਅਸੀਂ ਇੰਤਜ਼ਾਰ ਕਰੀਏ ਕਿ ਮੈਂ ਕਦੋਂ ਜਾ ਕੇ ਸੰਡੇ ਨੂੰ ਖੁਦਾ ਦੀ ਫੈਲੋਸ਼ਿਪ 'ਚ ਜਾਵਾਂਗਾ, ਸੰਗਤ 'ਚ ਜਾਵਾਂਗਾ, ਔਰ ਖੁਦਾ ਦੇ ਨਾਲ ਕੀ ਹੈ ਸੰਗਤ ਕਰਾਂਗਾ। ਜਿਸ ਤਰ੍ਹਾਂ ਜ਼ਬੂਰ 42 'ਚ ਜ਼ਬੂਰ ਲਿਖਣ ਵਾਲੇ ਆਉਂਦੇ ਨੇ ਕਿ ਜਿਸ ਤਰ੍ਹਾਂ ਹਰਨੀ ਜਿਹੜੀ ਹੈ ਪਾਣੀ ਦੀਆਂ ਨਦੀਆਂ ਨੂੰ ਤਰਸਦੀ ਹੈ, ਇਸ ਤਰ੍ਹਾਂ ਮੇਰੀ ਰੂਹ ਖੁਦਾ ਲਈ ਤਰਸ ਗਈ ਹੈ। ਅਤੇ ਆਉਂਦੇ ਨੇ ਕਿ ਮੈਂ ਕਦੋਂ ਖੁਦਾ ਦੀ ਹਜ਼ੂਰੀ 'ਚ ਜਾਵਾਂਗਾ, ਅਤੇ ਖੁਦਾ ਦੀ ਮੇਰੀ ਰੂਹ ਜਿਹੜੀ ਹੈ ਖੁਦਾ ਲਈ ਪਿਆਸੀ ਹੈ। ਫਿਰ ਆਉਂਦੇ ਨੇ ਕਿ ਮੈਂ ਕਦੋਂ ਖੁਦਾ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚਲੀਏ। ਖੁਦਾ ਚਾਹੁੰਦਾ ਕਿ ਅਸੀਂ ਇੰਝ ਖੁਦਾ ਲਈ ਪਿਆਸੇ ਹੋ ਕੇ ਆਈਏ, ਔਰ ਜਦੋਂ ਅਸੀਂ ਪਿਆਸੇ ਹੋ ਕੇ ਆਵਾਂਗੇ ਖੁਦਾ ਸਾਨੂੰ ਆਪਣੇ ਪਾਕ ਰੂਹ ਨੂੰ ਫਿਲ ਕਰੇਗਾ। ਸਾਡੇ ਅੰਦਰੋਂ ਚਸ਼ਮਾ ਜਿਹਾ ਖੁਦਾ ਯਿਸੂ ਮਸੀਹ ਨੇ ਜਾਰੀ ਕੀਤਾ, ਇਹ ਜਾਰੀ ਰਹੇਗਾ। ਔਰ ਜਦੋਂ ਸਾਡੇ ਅੰਦਰੋਂ ਚਸ਼ਮਾ ਜਾਰੀ ਰਹੇਗਾ ਤਾਂ ਦੂਸਰੇ ਲੋਕ ਜੇ ਦੁਨੀਆਂ ਦੇ ਲੋਕ ਪਿਆਸੇ ਨੇ, ਉਹਨਾਂ ਦੀ ਪਿਆਸ ਜਿਹੜੀ ਹੈ ਉਹ ਬੁਝਾਉਣ ਦਾ ਅਸੀਂ ਸਵਾਬ ਬਣਾਂਗੇ। ਖੁਦਾ ਚਾਹੁੰਦਾ ਹੈ ਕਿ ਅਸੀਂ ਹਰ ਵਕਤ ਜਿਹੜਾ ਹਰ ਰੋਜ਼ ਜਿਹੜੀ ਹੈ ਪੂਰਾ ਵੇਖ ਖੁਦਾ ਲਈ ਪਿਆਸੇ ਹੋਈਏ। ਖੁਦਾ ਤੁਹਾਨੂੰ